ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਦਾ ਖਾਲਸ ਟੀਵੀ। ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਵਿਚਾਰ 'ਤੇ। ਰਸਤਾ ਕੋਈ ਵੀ ਔਖਾ ਨਹੀਂ ਹੁੰਦਾ, ਬਸ ਚੱਲਣ ਦਾ ਹੌਸਲਾ ਹੋਣਾ ਚਾਹੀਦਾ ਹੈ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ 'ਤੇ। ਅੱਜ ਪੰਜਾਬ 'ਚ ਮੌਸਮ ਰਹੇਗਾ ਸਾਫ਼, ਕੱਲ੍ਹ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਮੀਂਹ ਅਤੇ ਹਨੇਰੀ ਦੀ ਸੰਭਾਵਨਾ। 5 ਅਤੇ 6 ਅਗਸਤ ਨੂੰ ਮੌਸਮ ਸਾਫ਼ ਰਹਿਣ ਦੀ ਪੂਰੀ ਸੰਭਾਵਨਾ। ਉੱਤਰਾਖੰਡ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ ਦੇ 2 ਦਿਨਾਂ ਲਈ ਲਗਾਈ ਰੋਕ। ਸੂਬੇ 'ਚ ਭਾਰੀ ਮੀਂਹ ਦੀ ਚੇਤਾਵਨੀ। ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਧੜੇ ਨੂੰ ਦਿੱਤਾ ਜਵਾਬ, ਕਿਹਾ ਮੈਂ ਪਾਰਟੀ ਲਈ ਕੀਤੀਆਂ ਕੁਰਬਾਨੀਆਂ, ਕੱਟੀਆਂ ਕਈ ਜੇਲ੍ਹਾਂ, ਕਿਸੇ ਨੂੰ ਮੈਨੂੰ ਪਾਰਟੀ ਵਿੱਚੋਂ ਕੱਢਣ ਦਾ ਨਹੀਂ ਹੈ ਅਧਿਕਾਰ, ਡੈਲੀਗੇਟਾਂ ਦੀ ਮੀਟਿੰਗ ਬੁਲਾ, ਜਲਦ ਚੁਣਾਂਗੇ ਨਵਾਂ ਪ੍ਰਧਾਨ। ਅਕਾਲੀ ਆਗੂ ਬੰਟੀ ਰਮਾਣਾ ਨੇ ਸਰਕਾਰ ਅਤੇ ਪੁਲਿਸ ਦੇ ਪ੍ਰਦੀਪ ਕਲੇਰ ਨਾਲ ਮਿਲ ਕੇ ਕੰਮ ਕਰਨ ਦੇ ਲਾਏ ਆਰੋਪ, ਕਿਹਾ ਪ੍ਰਦੀਪ ਕਲੇਰ ਬੇਅਦਬੀ ਕਰਵਾਉਣ, ਪੋਸਟਰ ਲਵਾਉਣ ਅਤੇ ਅੰਗ ਖਿਲਾਰਨ 'ਚ ਹੈ ਮੁੱਖ ਦੋਸ਼ੀ। ਪੁਲਿਸ ਦੇ ਰਿਕਾਰਡ ਵਿੱਚ ਹੈ 6 ਸਾਲਾਂ ਤੋਂ ਭਗੌੜਾ। ਪੁਲਿਸ ਨੇ ਪ੍ਰਦੀਪ ਕਲੇਰ ਨੂੰ ਸਮਝੌਤੇ ਤਹਿਤ ਗ੍ਰਿਫਤਾਰ ਕਰਕੇ ਦਿੱਤੀ ਜ਼ਮਾਨਤ। ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ ਬੰਟੀ ਰਮਾਣਾ ਨੇ ਘੇਰੀ ਸੂਬਾ ਸਰਕਾਰ, ਕਿਹਾ ਸਰਕਾਰ ਰਾਮ ਰਹੀਮ ਖਿਲਾਫ਼ 295A ਦੇ ਤਹਿਤ ਮਾਮਲਾ ਚਲਾਉਣ ਦੀ ਜਾਣ ਪੁੱਜ ਕੇ ਨਹੀਂ ਦੇ ਰਹੀ ਮਨਜ਼ੂਰੀ। ਮਹੇਸ਼ ਇੰਦਰ ਸਿੰਘ ਗਰੇਵਾਲ ਨੇ MP ਅੰਮ੍ਰਿਤਪਾਲ ਸਿੰਘ ਨੂੰ ਦੱਸਿਆ RSS ਅਤੇ ਭਾਜਪਾ ਦਾ ਬੰਦਾ, ਤਾਂ ਸਰਬਜੀਤ ਖਾਲਸਾ ਨੇ ਕੀਤਾ ਪਲਟਵਾਰ, ਕਿਹਾ ਭਾਜਪਾ ਨੇ ਨਹੀਂ ਲਾਇਆ ਇਹਨਾਂ ਨੂੰ ਮੂੰਹ, ਤਾਂ ਦੇ ਰਹੇ ਨੇ ਅਜਿਹੇ ਬਿਆਨ। ਅੰਮ੍ਰਿਤਪਾਲ ਸਿੰਘ ਬਾਰੇ ਢੀਂਡਸਾ ਨੇ ਕੱਢੀ ਅੰਦਰਲੀ ਗੱਲ ਬਾਹਰ, ਕਿਹਾ ਅਕਾਲੀ ਦਲ ਨੂੰ ਕਿਹਾ ਸੀ ਅੰਮ੍ਰਿਤਪਾਲ ਖਿਲਾਫ਼ ਨਾ ਲੜੀ ਜਾਵੇ ਚੋਣ, ਪਰ ਸਾਡੀ ਸਲਾਹ ਨੂੰ ਕੀਤਾ ਗਿਆ ਨਜ਼ਰ ਅੰਦਾਜ਼। ਹਰਜੀਤ ਸਿੰਘ ਗਰੇਵਾਲ ਨੇ ਅਕਾਲੀ ਦਲ ਉੱਤੇ ਕੱਸਿਆ ਤੰਜ, ਕਿਹਾ ਆਪਰੇਸ਼ਨ ਨਾਗਪੁਰ ਬਾਰੇ ਗੱਲਾਂ ਕਰਨ ਦੀ ਬਜਾਏ ਪਾਰਟੀ ਬਾਰੇ ਸੋਚੋ, ਕਿਤੇ ਇਹ ਨਾ ਹੋ ਜਾਵੇ ਕਿ ਜਲਦੀ ਪੈ ਜਾਵੇ ਪਾਰਟੀ ਦਾ ਭੋਗ। ਫਿਲਹਾਲ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, 12 ਅਗਸਤ ਤੱਕ ਅਦਾਲਤ ਨੇ ਹਾਲਾਤ ਜਿਉਂ ਦੇ ਤਿਉਂ ਰੱਖਣ ਦੇ ਦਿੱਤੇ ਨਿਰਦੇਸ਼। ਪੰਜਾਬ ਦੀ ਸਰਹੱਦ ਨੇੜੇ ਹੋ ਰਹੇ ਨਜਾਇਜ਼ ਮਾਈਨਿੰਗ ਬਾਰੇ ਹਾਈਕੋਰਟ ਨੇ ਕੇਂਦਰ ਸਰਕਾਰ ਤੋਂ ਮੰਗਿਆ ਸੀ ਜਵਾਬ, 9 ਮਹੀਨੇ ਬੀਤਣ ਦੇ ਬਾਵਜੂਦ ਨਹੀਂ ਦਿੱਤਾ ਕੋਈ ਜਵਾਬ। ਅਦਾਲਤ ਨੇ 20,000 ਦਾ ਠੋਕਿਆ ਜੁਰਮਾਨਾ। ਪੰਜਾਬ ਦੇ ਪ੍ਰਸ਼ਾਸਨ 'ਚ ਹੋਇਆ ਵੱਡਾ ਫੇਰਬਦਲ, ਪੁਲਿਸ ਦੇ 14 ਜ਼ਿਲ੍ਹਿਆਂ ਦੇ SSP ਸਮੇਤ IPS PPS ਅਫਸਰਾਂ ਦੇ ਹੋਏ ਤਬਾਦਲੇ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, ED ਨੂੰ ਮਿਲਿਆ 5 ਦਿਨ ਦਾ ਰਿਮਾਂਡ। ਪੰਜਾਬ ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ, ਰਾਜਾ ਵੜਿੰਗ ਨੇ ਬਦਲਾਖੋਰੀ ਦੀ ਸਿਆਸਤ ਦਿੱਤਾ ਕਰਾਰ। ਹਰਸਿਮਰਤ ਕੌਰ ਬਾਦਲ ਨੇ ਆਸ਼ੂ ਦੀ ਗ੍ਰਿਫਤਾਰੀ 'ਤੇ ਕਾਂਗਰਸ 'ਤੇ ਕੱਸਿਆ ਤੰਜ, ਕਿਹਾ ਕਾਂਗਰਸ ਅਤੇ ਭ੍ਰਿਸ਼ਟਾਚਾਰ ਨੂੰ ਨਹੀਂ ਕੀਤਾ ਜਾ ਸਕਦਾ ਵੱਖ ਵੱਖ। ਰਾਹੁਲ ਗਾਂਧੀ ਨੇ ਕੀਤਾ ਵੱਡਾ ਦਾਅਵਾ, ਕਿਹਾ ED ਮੇਰੇ ਖਿਲਾਫ਼ ਰੇਡ ਮਾਰਨ ਦੀ ਕਰ ਰਹੀ ਤਿਆਰੀ, ਜਦੋਂ ਆਉਣਗੇ ਚਾਹ ਅਤੇ ਬਿਸਕੁਟਾਂ ਨਾਲ ਕਰਾਂਗਾ ਉਹਨਾਂ ਦਾ ਸਵਾਗਤ। ਕੰਗਣਾ ਰਣੌਤ ਨੇ ਰਾਹੁਲ ਗਾਂਧੀ ਉੱਤੇ ਕੱਸਿਆ ਤੰਜ, ਕਿਹਾ ਰਾਹੁਲ ਗਾਂਧੀ ਕਰਦਾ ਬੇਕਾਰ ਦੀਆਂ ਗੱਲਾਂ, ਰਾਹੁਲ ਦੀਆਂ ਗੱਲਾਂ ਹੁੰਦੀਆਂ ਸਮਝ ਤੋਂ ਪਰੇ। ਇਜ਼ਰਾਈਲ ਸਮੇਤ ਮੱਧ ਪੂਰਬ ਦੇ ਦੇਸ਼ਾਂ 'ਚ ਚੱਲ ਰਿਹਾ ਤਣਾਅ, ਏਅਰ ਇੰਡੀਆ ਨੇ 8 ਅਗਸਤ ਤੱਕ ਤੇਲ ਅਵੀਵ ਜਾਣ ਵਾਲੀਆਂ ਉਡਾਨਾਂ 'ਤੇ ਲਗਾਈ ਪਾਬੰਦੀ। ਹਮਾਸ ਦੇ ਲੀਡਰ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ ਦੇ ਦੇਸ਼ਾਂ 'ਚ ਚੱਲ ਰਿਹਾ ਹੈ ਤਣਾਅ। ਰਾਜਾ ਵੜਿੰਗ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਕੀਤੀ ਮੁਲਾਕਾਤ, ਲੁਧਿਆਣਾ 'ਚ IIIT ਬਣਾਉਣ ਦੀ ਕੀਤੀ ਮੰਗ। ਸੁਪਰੀਮ ਕੋਰਟ ਨੇ NEET UG ਪ੍ਰੀਖਿਆ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ, ਕਿਹਾ ਇਮਤਿਹਾਨ ਦੇ ਸਿਸਟਮ ਵਿੱਚ ਨਹੀਂ ਹੋਈ ਕੋਈ ਉਲੰਘਣਾ, ਪੇਪਰ ਸਿਰਫ 2 ਥਾਵਾਂ ਉੱਤੇ ਹੋਇਆ ਹੈ ਲੀਕ।
ਸੁਪਰੀਮ ਕੋਰਟ ਨੇ ਚੋਣ ਬਾਂਡ ਦੇ ਲਿਆ ਵੱਡਾ ਫੈਸਲਾ। ਅਦਾਲਤ ਦੀ ਨਿਗਰਾਨੀ ਹੇਠ ਚੋਣ ਬਾਂਡ ਸਕੀਮ ਦੀ ਜਾਂਚ ਕਰਵਾਉਣ ਦੀਆਂ ਪਟੀਸ਼ਨਾਂ ਨੂੰ ਕੀਤਾ ਖਾਰਜ। ਕੇਂਦਰ ਸਰਕਾਰ ਨੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਨਕਦੀ ਰਹਿਤ ਇਲਾਜ ਦੇਣ ਦੀ ਯੋਜਨਾ ਕੀਤੀ ਲਾਗੂ। ਚੰਡੀਗੜ੍ਹ ਦੇ ਅਸਾਮ 'ਚ ਪਾਇਲਟ ਆਧਾਰ 'ਤੇ ਲਾਗੂ ਕਰਨਾ ਕੀਤਾ ਸ਼ੁਰੂ। ਲੁਧਿਆਣਾ ਸ਼ਹਿਰ ਦੇਸ਼ ਦੇ 10 ਪ੍ਰਦੂਸ਼ਿਤ ਸ਼ਹਿਰਾਂ 'ਚ ਹੋਇਆ ਸ਼ਾਮਲ। ਕੇਂਦਰ ਸਰਕਾਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ। ਤੀਰ ਅੰਦਾਜ਼ੀ 'ਚ ਭਾਰਤ ਦੀ ਅੰਕਿਤਾ ਪੱਕਤ ਅਤੇ ਧੀਰਤ ਦੀ ਜੋੜੀ ਨੇ ਕੀਤਾ ਕਮਾਲ। ਕੁਆਟਰ ਫਾਈਨਲ 'ਚ ਬਣਾਈ ਜਗ੍ਹਾ। ਮੁੱਖ ਮੰਤਰੀ ਭਗਵੰਤ ਮਾਨ ਦੀ ਪੈਰਿਸ ਜਾਣ ਦੀ ਸੰਭਾਵਨਾ। ਕੇਂਦਰ ਸਰਕਾਰ ਤੋਂ ਮੰਗੀ ਮਨਜ਼ੂਰੀ। ਭਾਰਤੀ ਖਿਡਾਰੀਆਂ ਨੂੰ ਕਰਨਗੇ ਉਤਸ਼ਾਹਿਤ। ਮਨੂ ਭਾਕਰ ਨੇ ਫਿਰ ਕੀਤਾ ਕਮਾਲ। ਤੀਜੇ ਮੈਡਲ ਲਈ ਫਾਈਨਲ 'ਚ ਕੀਤਾ ਕੁਆਲੀਫਾਈ। ਅਕਾਲੀ ਦਲ ਦਾ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ। ਸੈਕਟਰ 8 ਵਿੱਚ ਲਹਿਰਾ ਰਿਹਾ ਸੀ ਪਿਸਤੌਲ। ਜਗਦੀਸ਼ ਟਾਈਟਲਰ ਖਿਲਾਫ਼ ਰਾਊਜ਼ ਐਵੀਨਿਊ ਅਦਾਲਤ ਨੇ ਦੋਸ਼ ਤੈਅ ਕਰਨ ਦੇ ਫੈਸਲਾ ਰੱਖਿਆ ਸੁਰੱਖਿਅਤ। 1984 ਸਿੱਖ ਕਤਲੇਆਮ ਸਮੇਂ 3 ਲੋਕਾਂ ਦੇ ਕਤਲ ਨਾਲ ਸੰਬੰਧਿਤ ਹੈ ਮਾਮਲਾ। 16 ਅਗਸਤ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ। ਅੱਜ ਦੀਆਂ ਹੈਡਲਾਈਨਸ ਬਸ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।